जी जी ਤੇ ਭਾਈ ਜਾਦ ਆਪਣੀ ਸ਼ਾਪਿੰਗ ਕਰ ਰਹੇ ਨੇ ਬਿਲਕੁਲ ਤੇ ਸ਼ਾਪਿੰਗ ਕਰਕੇ ਫਿਰ ਚੱਲਨੇ ਆ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਅਸਲਾਮੁ ਅਲੈਕੁਮ ਕੀ ਹਾਲ ਚਾਲ ਹੈ ਤਮਾਮ ਭੈਣ ਭਾਈਆਂ ਦੇ ਉਮੀਦ ਕਰਨਾ ਸਾਰੇ ਠੀਕ ਹੋਸਨ ਜਿੱਥੇ ਵੀ ਹੋ ਖੁਸ਼ ਰਹੋ ਆਬਾਦ ਰਹੋ ਤੇ ਹਮੇਸ਼ਾ ਮੁਸਕਰਾਉਂਦੇ ਰਹੋ ਤੇ ਅੱਜ ਦਾ ਵਲੌਗ ਸਟਾਰਟ ਕਰਨ ਤੋਂ ਪਹਿਲੇ ਕੋਈ ਅਗਰ ਸਾਡੇ ਚੈਨਲ 'ਤੇ ਨਵਾਂ ਹੈ ਤਾਂ ਸਬਸਕ੍ਰਾਈਬ ਕਰਦੇ ਨਾਲ ਬੈਲ ਆਇਕਨ ਦਬਾ ਦੇ ਤਾਂ ਕਿ ਹਰ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਬਆਸਾਨੀ ਪਹੁੰਚ ਸਕੇ ਤੇ ਵਲੌਗ ਸਟਾਰਟ ਕਰਨੇ ਆ ਹਾਂਜੀ ਜੀ ਤੇ ਪਾਈਪ ਤੇ ਉਹ ਜੋੜ ਦੇ ਕੰਮ ਲਾਣੇ ਹਨ ਤੇ ਛੋਟੇ ਭਾਈ ਨੂੰ ਵੇਚ ਰਿਹਾ ਕਿ ਉਹ ਵੇ ਜੋੜ ਲੈ ਕੇ ਆਵੇ ਲੈ ਕੇ ਆਉਂਦਾ ਤੇ ਫਿਰ ਪਾਣੀ ਵਗੈਰਾ ਲਾਉਂਦੇ ਆ ਤੇ ਵੇਖਣੇ ਪਾਈਪ ਪਹੁੰਚਦਾ ਕਿ ਨਹੀਂ ਪਹੁੰਚਦਾ ਬਹੁਤ ਤੰਗ ਕੀਤਾ ਇਸ ਪਾਈਪ ਨੇ ਮੈਨੂੰ ਹਾਂਜੀ ਜੀ ਸਭ ਤੋਂ ਪਹਿਲੇ ਮੈਂ ਪਾਈਪ ਸਿੱਧਾ ਕਰ ਲੈਂਦਾ ਵਾਂ ਕਿਉਂਕਿ ਲਾਣਾ ਵਾ ਪਾਣੀ ਪਾਈਪ ਅਜੇ ਕਾਫੀ ਪਿਆ ਵਾ ਪਹੁੰਚ ਗਿਆ ਇੱਥੇ ਤੱਕ ਪੈਂਪ ਪਹੁੰਚਿਆ ਅੱਗੇ ਲੈ ਕੇ ਜਾਣਾ ਇੱਕ ਟੋਟਾ ਪਿਆ ਤੇ ਇੱਕ ਟੋਟਾ ਕੱਲ੍ਹ ਮੈਂ ਤੁਹਾਨੂੰ ਵਿਖਾਉਣਾ ਮੰਗਵਾਇਆ ਆਹ ਵਾਲਾ ਆਹ ਛੋਟਾ ਜਿਹਾ ਟੋਟਾ 200 ਰੁਪਏ ਦਾ ਆ ਮੈਂ ਕਿਹਾ ਬੁਣ ਦਿੱਤੇ 200 ਮੈਂ ਕਿਹਾ ਲੈ ਕੇ ਆਹ ਟੋਟਾ ਵੇਖੋ ਇੱਕ ਲੱਤ ਦਾ ਵੀ ਨਹੀਂ ਆ ਵੇਖੋ 200 ਰੁਪਏ ਦਾ ਟੋਟਾ ਪਾਈਪ ਦਾ ਮਿਲਿਆ ਵਾ ਕਿੰਨੀ ਮਹਿੰਗਾਈ ਆ ਗਈ ਹੈ ਛੋਟੇ ਭਾਈ ਨੂੰ ਭੇਜਿਆ ਉਹ ਜੋੜ ਲੈ ਕੇ ਆਉਂਦਾ ਫਿਰ ਥੋੜ੍ਹਾ ਅੱਗੇ ਤੱਕ ਪਹੁੰਚ ਜਾਏਗਾ ਫਿਰ ਆਸਾਨੀ ਹੋ ਜਾਏਗੀ ਉਹਦਾ ਹੁਣ ਵੇਟ ਕਰਨੇ ਆ ਫਿਰ ਲਾਉਂਦੇ ਹਾਂ ਬਾਈ ਛੋਟਾ ਲੈ ਕੇ ਆ ਗਿਆ ਆ ਦੋ ਜੋੜ ਲਾ ਲੈਂਦੇ ਹਾਂ ਇੱਕ ਤਾਂ ਪਾਈਪ ਹਾਂਜੀ ਜੀ ਅਤੇ ਜੋੜ ਵਗੈਰਾ ਲਾ ਕੇ ਅੱਗੇ ਤੁਹਾਨੂੰ ਦੱਸਿਆ 200 ਦਾ ਟੋਟਾ ਜਿਹਾ ਅਤੇ ਲਾ ਕੇ ਦੂਸਰਾ ਜੋੜ ਵਗੈਰਾ ਪਾਈਪ 'ਤੇ ਪਹੁੰਚਾ ਰਿਹਾ ਹੁਣ ਜਾ ਕੇ ਮੋਟਰ ਛੱਡਣੇ ਆ ਕਿਉਂਕਿ ਵੇਖੋ ਪਾਈਪ ਉਹ ਅੱਗੇ ਤੱਕ ਹੈ ਮੋਟਰ ਛੱਡਣੇ ਆ ਪਾਣੀ ਚਲਾਉਂਦੇ ਹਾਂ ਚੈੱਕ ਕਰਨੇ ਹਾਂ ਕਿਉਂਕਿ ਅੱਗੇ ਤਾਂ ਬਾਰ ਬਾਰ ਲੱਗ ਜਾਂਦਾ ਇਹਨੂੰ ਕਰ ਦਿੰਦੇ ਹਾਂ ਬੰਦ ਅਤੇ ਇਹਨੂੰ ਛੱਡ ਦਿੰਦੇ ਹਾਂ ਅਤੇ ਪਾਣੀ ਟਰੱਕ ਜਾ ਰਿਹਾ ਉਹ ਅੰਦਰ ਅਤੇ ਮੇਰਾ ਦਿਨ ਸਕੂਟਰ ਵੀ ਪਾਣੀ ਲੱਗਦਾ ਰਹਿ ਗਿਆ ਸਕੂਟਰ ਵੀ ਨਾਲ ਹੀ ਧੋ ਲੈਂਦੇ ਹਾਂ ਯਾਰ ਆ ਸਕੂਟਰ ਪਾ ਰੱਖ ਕੇ ਲੈ ਕੇ ਆ ਉੱਥੋਂ ਕੋਈ ਬਰਤਨ ਵਗੈਰਾ ਲਾ ਲੈਂਦੇ ਹਾਂ ਜਿਹਦੇ ਵਿੱਚ ਸ਼ੈਂਪੂ ਸਰਫ ਵੇਖ ਕੇ ਅਤੇ ਧੋਣਾ ਹੈ ਬਰਸ਼ ਵੀ ਲੈ ਲੈਂਦੇ ਹਾਂ ਅਤੇ ਬੁਰਸ਼ ਆ ਗਿਆ ਹੁਣ ਬਾਕੀ ਸਰਫ ਵਾਸਤੇ ਸ਼ੈਂਪੂ ਵਾਸਤੇ ਲੈ ਲੈਂਦੇ ਹਾਂ ਛੋਟੇ ਭੈਣੇ ਸਕੂਟਰ ਲੈ ਕੇ ਆ ਗਿਆ ਅੰਦਰ ਅਤੇ ਹੁਣ ਪਾਣੀ ਵੀ ਮਾਸ਼ਾ ਲੱਗਾ ਵੀ ਜ਼ਿਆਦਾ ਆ ਰਿਹਾ ਅਤੇ ਹੁਣ ਧੋ ਲੈਂਦੇ ਹਾਂ ਬੁਰਸ਼ ਵੀ ਲੈ ਕੇ ਆ ਗਿਆ ਹਾਂਜੀ ਜੀ ਅਤੇ ਪਹਿਲੇ ਛੱਡ ਲੈਂਦੇ ਪਾਣੀ ਛੋਟਾ ਭਾਈ ਲੈਣ ਗਿਆ ਸਰ ਫਿਰ ਲਾਉਂਦੇ ਹਾਂ ਸਰ ਉੱਧਰ 50 ਰੁਪਏ 50 ਨਹੀਂ ਹੁਣ 70 ਹੋ ਗਿਆ ਉਹ ਵੀ ਅੱਛਾ ਇੱਕ ਸ਼ੈਂਪੂ ਲੈ ਕੇ ਆ ਅਤੇ ਸਰਫ ਏਰੀਅਲ ਲੈ ਕੇ ਆ ਹਾਂਜੀ ਜੀ ਪਾਣੀ ਵਗੈਰਾ ਲਾ ਲਿਆ ਅਤੇ ਹੁਣ ਸਰਫ ਬਣਾਉਂਦੇ ਹਾਂ ਅਤੇ ਫਿਰ ਧੋ ਕੇ ਮਿਲਦੇ ਹਾਂ ਜੀ ਛੋਟਾ ਭਾਈ ਸਰਫ ਲੈ ਕੇ ਆ ਗਿਆ ਅਤੇ ਨਾਲ ਸ਼ੈਂਪੂ ਵੀ ਅਤੇ ਪਹਿਲੇ ਪਾ ਲੈਣਾ ਸਰਫ ਕੱਪੜਾ ਲੈ ਕੇ ਆ ਜਿਹੜਾ ਲਾਉਣਾ ਹੈਗਾ ਆ ਢੱਕਣ ਖੋਲ ਵਾਹ ਕਸੇ ਹੋਇਆ ਸਰਫ ਪਾ ਦਿੱਤਾ ਅਤੇ ਪਹਿਲੇ ਸਰਫ ਲਾ ਕੇ ਸਾਫ਼ ਕਰਨਾ ਫਿਰ ਲਾਵਾਂਗੇ ਸ਼ੈਂਪੂ ਤਾਂ ਕਿ ਚਮਕ ਵੱਧ ਜਾਏ ਹਾਂਜੀ ਜੀ ਅਤੇ ਸਕੂਟਰ ਵੀ ਧੋ ਲਿਆ ਨਾਲ ਵੇਖੋ ਪਾਣੀ ਵੀ ਲੱਗ ਗਿਆ ਨਾਲ ਨਾਲ ਕਿਆਰੀਆਂ ਲਾ ਲੈਣਾ ਥੋੜ੍ਹਾ ਬਹੁਤ ਬਾਕੀ ਇਹਨਾਂ ਸਾਰਿਆਂ ਨਸਿਆਂ ਜਿਹੜਾ ਹੈਗਾ ਬਗੀਚਾ ਹੈਗਾ ਇਹਨੂੰ ਲੱਗ ਗਿਆ ਨਾਲ ਸਕੂਟਰ ਵੀ ਧੋਪ ਗਿਆ ਇੱਕ ਦੇ ਨਾਲ ਇੱਕ ਤੀਰ ਨਾਲ ਦੋ ਸ਼ਿਕਾਰ ਹੋ ਗਏ ਨੇ ਸਕੂਟਰ ਵੀ ਧੋਪ ਗਿਆ ਚਿੱਕੜ ਵੀ ਨਹੀਂ ਮਚਿਆ ਅਤੇ ਪਾਣੀ ਵੀ ਲੱਗ ਗਿਆ ਹੁਣ ਪਾਣੀ ਬਾਕੀ ਤਾਂ ਲਾ ਕੇ ਅਤੇ ਫਿਰ ਇਹਨੂੰ ਸਾਫ਼ ਕਰਾਂਗਾ ਬਾਈ ਜਾ ਦੋਰੀ ਆਏ ਉਹਨੇ ਵੇਖੋ ਉਹਨਾਂ ਸਕੂਟਰ ਖੜ੍ਹਾ
ਤੇ ਉਹ ਅੰਦਰ ਵੇਖ ਰਹੇ ਨੇ ਲੈਪਟੋਪ ਤੇ ਮੂਵੀ ਵਗੈਰਾ। ਤੇ ਫਿਰ ਅਸੀਂ ਚੱਲੇ ਆ ਬਾਜ਼ਾਰ ਐਵੇਂ 5-7 ਮਿੰਟਾਂ 'ਚ। ਕਿਵੇਂ ਚੱਲੀਏ ਫਿਰ? ਤੇ ਬਾਈ ਜਹਾਜ਼ ਉਰੇ ਨਿਕਲਣ ਲੱਗੇ ਨੇ, ਮੈਂ ਵੀ ਆਪਣਾ ਸਕੂਟਰ ਚੱਕਣਾ ਮੈਂ ਆਪਣੇ ਧਿਆਨ ਨਹੀਂ ਨਹੀਂ ਇਹਦਾ ਧਿਆਨ ਆ ਗਿਆ ਉਹ ਨਾ ਦੋਤਾ ਆ ਗਿਆ। ਮੈਂ ਕਿਹਾ ਚਲੋ ਥੋੜ੍ਹਾ ਗਰਮ ਆਹੋ। ਹਾਂਜੀ ਜੀ, ਅਤੇ ਬਾਈ ਜਹਾਜ਼ ਆਪਣੀ ਸ਼ੋਪਿੰਗ ਕਰ ਰਹੇ ਨੇ ਵੇਖੋ, ਅਤੇ ਸ਼ੋਪਿੰਗ ਕਰਕੇ ਫਿਰ ਚੱਲਣੇ ਆ। ਹਾਂਜੀ ਜੀ, ਜਾ ਵੇਖੋ ਬਹੁਤ ਹੀ ਪਿਆਰੀ ਮਾਸ਼ਾਅੱਲਾ ਸੁਰਾਹੀਆਂ ਵਗੈਰਾ ਪਈਆਂ ਨੇ, ਅਤੇ ਆਹ ਡਿਜ਼ਾਇਨ ਠੀਕ ਨੇ। ਆਜੋ ਆਜੋ ਆਜੋ, ਜਾਂ ਸ਼ਾਦੀਆਂ ਵਗੈਰਾ 'ਤੇ ਇਸਤੇਮਾਲ ਹੁੰਦੀਆਂ ਨੇ। ਬਾਈ ਹੋਰੀ ਸਾਨੂੰ ਜਾਗ ਵਗੈਰਾ ਉਤਾਰ ਕੇ ਦੇਣ ਲੱਗੇ ਨੇ ਵੇਖੋ, ਬਾਕੀ ਕੁਛ ਸਮਾਨ ਉਸ ਨਾਲ ਦੀ ਦੁਕਾਨ 'ਤੇ ਲਿਆ, ਕੁਛ ਇੱਥੋਂ ਲੈ ਲੈਂਦੇ ਹਾਂ। ਬਸ ਆਹ ਵੇਖੀ ਬੋਲਾ ਆ ਕੇ ਆਹ ਵੇਖ ਕੈਸਾ ਗਲਾਸ ਹੈ। ਅੱਛਾ ਅੱਛਾ ਦਿਖਾ ਦਿਓ, ਆ ਗਿਆ ਮਿੱਟੀ ਦਾ ਜਾਗ ਆ ਫਣ ਚੱਲ ਆ ਜਾ ਦੋ ਚੱਲ ਵੇਖ ਲੈਂਦੇ ਹਾਂ ਇਹਨਾਂ ਦੋਨੇ 'ਚ। ਲੱਗਦਾ ਬਾਈ ਜਹਾਜ਼ ਨੂੰ ਨਾ ਪਸੰਦ ਨਹੀਂ ਆ ਰਹੀ ਕੋਈ ਸ਼ਾਇਦ, ਚਲੋ ਬਾਈ ਹੋਰ ਪੁੱਛ ਲਓ ਉਹਨਾਂ ਨੂੰ ਸ਼ਾਇਦ ਪਤਾ ਹੋਵੇ। ਅੱਜ ਬੜੇ ਮੁਸ਼ਕਿਲ ਨਾਲ ਆਇਆ ਕਿਉਂਕਿ ਨਾ ਬਾਕੀ ਚਲ ਵੇਖੋ ਸਮਾਨ ਵਗੈਰਾ ਕਾਫੀ ਪਿਆ, ਤੇ ਲੇਕਿਨ ਸਾਡੇ ਮਤਲਬ ਦਾ ਜਿਹੜਾ ਹੈ ਉਹ ਅਜੇ ਕਹਿੰਦੇ ਠੀਕ ਨਹੀਂ ਹੈ। ਬਾਰੀ ਤਾਂ ਹੋਣੀ ਹੈ। ਹਾਂਜੀ ਜੀ, ਅੱਜ ਦੀ ਸਾਡੀ ਸ਼ੋਪਿੰਗ ਇੰਨੀ ਸਾਰੀ ਸੀ ਛੋਟੀ ਜਿਹੀ, ਜਿੰਨੀ ਮਤਲਬ ਗਰੀਬੀ ਦਾ ਵਜੋਂ ਹੋ ਸਕੀ। ਅਤੇ ਬਾਈ ਜਹਾਜ਼ ਵਾਰੇ ਵੀ ਜਾਣ ਨੂੰ ਤਿਆਰ ਨੇ, ਕਹਿੰਦੇ ਕਿਵੇਂ ਨਾ ਸਮਾਨ ਆਏ ਵੇਖ ਰਿਹਾ ਸੀ ਵੀ ਕੋਈ ਮਸਲਾ ਤਾਂ ਨਹੀਂ ਹੈਗਾ, ਠੀਕ ਲੈ ਕੇ ਆਇਆ ਨਹੀਂ ਸਾਰਾ ਹੀ ਸੋਹਣਾ ਤੇ ਨਾਲੇ ਰਹਿਤ ਹੀ ਮਿਲ ਗਿਆ ਥੋੜਾ। ਆਹੋ ਸਹੀ ਲੱਭ ਗਿਆ ਹੈ ਕਿਉਂਕਿ ਬਸ ਕਿਉਂਕਿ ਪਹਿਲੀ ਆਪਾਂ ਨੂੰ ਮਿਲੀ 20 ਰੁਪਏ ਦੀ, ਅਗਰ ਆਪਾਂ ਕਿਸੇ ਵੱਡੇ ਸ਼ਹਿਰ 'ਚ ਲੈਣ ਜਾਂਦੇ ਤਾਂ ਘੱਟੋ ਘੱਟ 50 ਰੁਪਏ ਦੀ ਮਿਲੀ। ਕਿਵੇਂ ਗੱਲ ਹੈ, ਚਲੋ ਸਹੀ ਹੋ ਗਿਆ ਹੁਣ ਇੰਨਾ। ਹਾਂਜੀ ਜੀ, ਹੁਣ ਚੱਲਿਆ ਮੈਂ ਸਾਡੇ ਤੇ ਛੋਟਾ ਜਿਹਾ ਕੰਮ। ਕੀ ਸਬਜ਼ੀ ਲੈਣੀ? ਇੱਕ ਤਾਂ ਬਾਈ ਅਮਨ ਮਿਲਣਾ ਤੇ ਦੂਜਾ ਮੇਰੇ ਨੇ ਸਬਜ਼ੀ ਕਈ ਪੁੱਛ ਰਹੇ ਹਾਂ ਕੀ ਸਬਜ਼ੀ ਲੈਣੀ ਹੈ। ਆਲੂ ਪਏ ਨੇ ਤੇ ਚਾਵਲ ਸੀ ਪਕਾਉਣ ਲੱਗੇ ਚਨੇ ਪਿਆਲੇ। ਚਲੋ ਜੀ, ਸਬਜ਼ੀ ਨਹੀਂ ਲੈਣ ਲੱਗੇ ਉਹ ਕਹਿ ਰਹੇ ਨੇ ਅਸੀਂ ਚਾਵਲ ਬਣਾਉਣ ਲੱਗੇ ਹਾਂ। ਚਲੋ ਬਾਈ ਅਮਨ ਦੀ ਗੱਲ ਸੁਣਦੇ ਹਾਂ। ਸੇਲਮੈਨ ਵੀ ਆ ਗਿਆ ਤੇ ਬਾਈ ਅਮਨ ਨੇ ਉਹ ਕੁਝ ਉਹਨਾਂ ਨੇ ਕਿਹਾ ਕਿ ਆ ਫਰੂਟ ਖਾ ਇਸ ਲਈ ਸਪੈਸ਼ਲ ਸੱਦਿਆ, ਤਕਰੀਬਨ 15 ਕੁ ਦੇ ਹੋ ਗਏ ਮੈਂ ਨਹੀਂ ਲਿਆ। ਉਹਨਾਂ ਨੇ ਕਿਹਾ ਲੈ ਕੇ ਜਾ ਤੇ ਬੱਗੀ ਵੀ ਆ ਗਈ ਹੋਈ ਹੈ, ਲੈ ਦੇ। ਅਤੇ ਬਾਈ ਔਰ ਇਹ ਲਓ ਸਬਜ਼ੀ ਆ ਅਤੇ ਬਾਕੀ ਕਰ ਦਿੱਤਾ, ਬਾਕੀ ਆ ਕੋਈ ਸਮਾਨ ਲੈ ਕੇ ਆਇਆ। ਸਾਹਿਬਾ ਆ ਸਮਾਨ ਲੈ ਲਾ, ਆ ਸਮਿਆਨ ਆ ਦੁਕਾਨ 'ਤੇ ਰੱਖ, ਅਤੇ ਆ ਫਰੂਟ ਬੇਗਮ ਮੇਰੇ ਕਿਤੇ ਬੇਗਮ ਨੂੰ ਫਰੂਟ ਦਿੰਦੇ ਆ ਲੈ ਲਾ। ਹਾਂਜੀ ਜੀ, ਅਤੇ ਬੇ ਅੱਜ ਨਾ ਬੇਟੇ ਮੇਰੇ ਤੇ ਆ ਨੋਜ਼ੀ ਤੇ ਸੜ ਲੱਗੀ, ਇਹ ਟੂਬ ਤਾਂ ਹੋਰ ਦੇ ਲੱਗੀ ਹੋਈ। ਅੱਛਾ, ਅਤੇ ਆ ਜਗ੍ਹਾ 'ਤੇ ਨਾ ਮੇਰਾ ਨਵਾਂ ਥੋੜ੍ਹਾ ਤੇਜ਼ ਆ ਗਿਆ ਗਲਤੀ ਨਾਲ ਲੱਗ ਕੇ ਮੈਨੂੰ, ਅਤੇ ਮੇਰੇ ਪੁੱਤਰ ਦੇ ਥੋੜ੍ਹੀ ਚੋਟ ਲੱਗ ਗਈ। ਅਤੇ ਬੇਗਮ ਮੇਰੀ ਬਣਾ ਰਹੀ ਹੈ ਆਲੂ ਅਤੇ ਨਾ ਕਿਛ ਹੈ ਆਲੂ ਵਾਲੇ ਚਾਵਲ, ਅਤੇ ਤਕਰੀਬਨ ਵੇਖੋ ਸੂਰਜ ਗਰੂ ਬੋਨਾ ਲਾਏ ਥੋੜ੍ਹਾ ਦੇਰ ਪਈ ਹੈ ਗਿਆ ਕੋਈ ਕੱਪੜੇ ਤੁਹਾਨੂੰ ਵਿਖਾਉਂਦੇ ਹਾਂ, ਅਤੇ ਬਾਕੀ ਰੋਟੀ ਪਾਣੀ ਦਾ ਇੰਤਜ਼ਾਮ ਹੋ ਰਿਹਾ। ਅਤੇ ਮੈਂ ਸੋਚਿਆ ਹਾਂ ਅਤੇ ਬੱਗੀ ਮੇਰੇ ਪਿੱਛੇ ਪਿੱਛੇ ਹਾਰੀ ਮੁਕਾਲਾ ਵੇਖ ਇਹਨੇ ਕੀਤਾ ਹੋਇਆ ਹਾਂ, ਅਤੇ ਮੈਂ ਸੋਚ ਰਿਹਾ ਇੱਥੇ ਨਾ ਦੋ ਮੰਜੀਆਂ ਪਰਮਾਨੈਂਟ ਰੱਖ ਦੇਵਾਂ ਕਿਉਂਕਿ ਇਸ ਟਾਈਮ ਬੰਦਾ ਬਹਿ ਜਾਂਦਾ, ਪਾਈਪ ਵਗੈਰਾ ਲਾ ਕੇ ਪਾਣੀ ਲਾ ਦਿੱਤਾ ਤਾਂ ਕਿ ਛੇਤੀ ਛੇਤੀ ਹੋਵੇ। ਲੇਕਿਨ ਇੱਕ ਇੱਥੇ ਮੰਜਾ ਇੱਕ ਉੱਥੇ, ਦੋ ਮੰਜੀਆਂ ਇੱਥੇ ਕਰ ਦੇਣੀਆਂ ਫਿੱਟ, ਅਤੇ ਅੰਮੀ ਜੀ ਹੋਰਾਂ ਨੇ ਖੇਡ ਦਿੱਤੀ ਆ, ਅਤੇ ਬਾਕੀ ਇਹਦੇ ਮੰਜੇ ਵਗੈਰਾ ਹੁੰਦਾ ਸੀ ਉਹ ਵੀ ਉਹਦੇ ਚੌਕਾ ਰੱਖ ਦਿੱਤਾ। ਅਤੇ ਮਜ਼ੀਦ ਤਾਂ ਕੁਛ ਅੱਜ ਖਾਸ ਤੁਹਾਡੇ ਲਈ ਨਹੀਂ ਪੇਸ਼ ਕਰ ਸਕੇ, ਲੇਕਿਨ ਅੱਜ ਦੇ ਲਈ ਫਕਤ ਇੰਨਾ ਹੋਣ ਦੇ ਹੋਏ ਇਜਾਜ਼ਤ, ਆਪਣਾ ਢੇਰ ਸਾਰਾ ਖਿਆਲ ਰੱਖਿਆ ਜੇ ਮਿਲਣੇ ਆ ਕੱਲ੍ਹ ਵਲੌਗ 'ਚ। ਅੱਲਾ ਹਾਫਿਜ਼।